ਸਾਡਾ ਪੰਜਾਬ ਕਿਹੜੇ ਰਸਤੇ ਵੱਲੋਂ ਤੁਰ ਰਿਹਾ, ਕਿਉਂਕਿ ਲਗਾਤਾਰ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਜੋ ਹਰ ਕਿਸੇ ਦੇ ਰੂਹ ਨੂੰ ਕੰਬਾ ਕੇ ਰੱਖ ਦਿੰਦੇ ਨੇ। ਇੱਕ ਮਾਮਲਾ ਹੋਰ ਅਜਿਹਾ ਸਾਹਮਣੇ ਆਇਆ ਜਿੱਥੇ ਬਦਮਾਸ਼ਾਂ ਵੱਲੋਂ ਘਰ ਦੇ ਅੰਦਰ ਦਾਖਿਲ ਹੋ ਕੇ ਮਾਂ ਧੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸਦੇ ਪਿੱਛੇ ਦਾ ਜੋ ਕਾਤਲ ਦੱਸਿਆ ਜਾ ਰਿਹਾ ਉਹ ਵੀ ਘਰਦਿਆਂ ਦਾ ਕਾਫੀ ਕਰੀਬੀ ਹੈ। ਇਸ ਪਿੱਛੇ ਦਾ ਅਸਲ ਕਾਤਲ ਕੌਣ ਹੈ ਅਤੇ ਪੁਲਿਸ ਵੱਲੋਂ ਕਿਸ ਤਰੀਕੇ ਦੇ ਨਾਲ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਵੇਖਦੇ ਹਾਂ ਖਾਸ ਰਿਪੋਰਟ ਦੇ ਵਿੱਚ। ਪੰਜਾਬ ਦੇ ਵਿੱਚ ਅਪਰਾਧ ਕਾਫੀ ਵੱਧ ਗਿਆ, ਉੱਥੇ ਹੀ ਜੇ ਪੰਜਾਬ ਸੂਬੇ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਵੀ ਅਪਰਾਧਿਕ ਮਾਮਲਿਆਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ। ਹੁਣ ਤੱਕ ਦੇ ਨਜ਼ਰ ਮਾਰੀਏ ਰੂਕੰਬਾਊ ਘਟਨਾਵਾਂ ਵੱਲ ਤਾਂ ਭਾਵੇਂ ਉਹ ਪਟਿਆਲਾ 'ਚ ਹੋਇਆ ਡਬਲ ਮਰਡਰ ਹੋਵੇ, ਭਾਵੇਂ ਬੀਤੇ ਦਿਨ ਖਰੜ ਵਿਖੇ ਟ੍ਰਿਪਲ ਮਰਡਰ ਦੀ ਘਟਨਾ ਹੋਵੇ। ਜੇ ਬਰੀਕੀ ਦੇ ਨਾਲ ਹੋਰ ਨਜ਼ਰ ਮਾਰੀਏ ਤਾਂ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਨੇ ਜਿਨ੍ਹਾਂ ਨੂੰ ਸੁਣ ਕੇ ਦੇਖ ਕੇ ਰੂਹ ਕੰਬ ਜਾਂਦੀ ਹੈ। ਉੱਥੇ ਇੱਕ ਹੋਰ ਰੂਹ ਕੰਬਾਊ ਘਟਨਾ ਸਾਹਮਣੇ ਆਈ ਹੈ। ਜਲੰਧਰ ਦੇ ਪਤਾਰਾ ਇਲਾਕੇ 'ਚ ਪੈਂਦੇ ਪਿੰਡ ਨੰਗਲ ਸ਼ਾਮਾ ਦੀ ਕਲੋਨੀ ਅਮਰ ਨਗਰ ਤੋਂ, ਜਿੱਥੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਘਰ ਦੇ ਅੰਦਰ ਵੜ ਕੇ ਮਾਂ ਧੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਗੱਲ ਸਿਰਫ ਇੱਥੇ ਹੀ ਖਤਮ ਨਹੀਂ ਹੁੰਦੀ, ਬਲਕਿ ਉਹਨਾਂ ਵੱਲੋਂ ਇੱਕ ਲਾਸ਼ ਉੱਪਰ ਪੈਟਰੋਲ ਸੁੱਟ ਕੇ ਸਾੜ ਵੀ ਦਿੱਤਾ ਗਿਆ, ਜਿਸਦੇ ਚੱਲਦਿਆਂ ਮ੍ਰਿਤਕ ਔਰਤ ਦੀ ਲਾਸ਼ ਅੱਜ ਸੜੀ ਹਾਲਤ ਦੇ ਵਿੱਚ ਬਰਾਮਦ ਹੋਈ ਹੈ, ਜਦਕਿ ਲੜਕੀ ਦੀ ਲਾਸ਼ ਖੂਨ ਨਾਲ ਲੱਥ-ਪੱਥ ਹਾਲਤ ਦੇ ਵਿੱਚ ਮਿਲੀ ਹੈ। ਘਟਨਾ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਮ੍ਰਿਤਕਾਂ ਦੀ ਪਹਿਚਾਣ ਰਣਜੀਤ ਕੌਰ ਵਜੋਂ ਹੋਈ ਹੈ, ਜਦਕਿ ਲੜਕੀ ਦੀ ਪਹਿਚਾਣ ਗੁਰਪ੍ਰੀਤ ਕੌਰ ਵਜੋਂ ਹੋਈ ਹੈ। ਮ੍ਰਿਤਕ ਦੇਹਾਂ ਦਾ ਇਹ ਹਾਲ ਹੈ ਕਿ ਉਹ ਤਸਵੀਰਾਂ ਦੇਖਣ ਦੇ ਲਾਇਕ ਵੀ ਨਹੀਂ ਹੈ। ਇਹ ਤਸਵੀਰਾਂ ਉਸ ਘਰ ਦੀਆਂ ਨੇ ਜਿੱਥੇ ਪੂਰਾ ਭਿਆਨਕ ਵਾਕਿਆ ਘਟਿਆ। ਦਰਿੰਦਗੀ ਭਰੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਬਦਮਾਸ਼ ਫਰਾਰ ਹੋ ਗਏ ਨੇ। ਹਾਲਾਂਕਿ ਪੁਲਿਸ ਮੌਕੇ ਉੱਤੇ ਪਹੁੰਚ ਕੇ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ। ਉੱਥੇ ਜਦੋਂ ਰਿਸ਼ਤੇਦਾਰਾਂ ਨੂੰ ਕਰੀਬੀਆਂ ਨੂੰ ਇਸ ਘਟਨਾ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਉਹਨਾਂ ਦੇ ਪੈਰੋਂ ਹੇਠੋਂ ਜ਼ਮੀਨ ਖਸਕ ਜਾਂਦੀ ਹੈ। ਰੋਂਦੇ ਕੁਲਾਉਂਦੀਆਂ ਹੋਈਆਂ ਉਹ ਘਰ ਤੱਕ ਪਹੁੰਚਦੀਆਂ ਨੇ। ਇਸ ਦੇ ਨਾਲ ਹੀ ਪਰਿਵਾਰਿਕ ਮੈਂਬਰਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਲੜਕੀ ਦਾ ਵਿਆਹ 4 ਸਾਲ ਪਹਿਲਾਂ ਹੋਇਆ ਸੀ, ਜਿਸ ਤੋਂ ਬਾਅਦ ਪਤੀ ਪਤਨੀ ਵਿਚਾਲੇ ਝਗੜਾ ਸ਼ੁਰੂ ਹੋ ਗਿਆ। ਇਹ ਵੀ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਪਤੀ ਆਪਣੀ ਘਰਵਾਲੀ ਉੱਤੇ ਸ਼ੱਕ ਕਰਦਾ ਸੀ। ਇਸ ਪੂਰੇ ਦਰਿੰਦਗੀ ਭਰੇ ਘਟਨਾਕ੍ਰਮ ਦੇ ਪਿੱਛੇ ਜਵਾਈ ਦਾ ਹੱਥ ਦੱਸਿਆ ਜਾ ਰਿਹਾ। ਹਾਲਾਂਕਿ ਪੁਲਿਸ ਹੁਣ ਇਸ ਪੂਰੇ ਮਾਮਲੇ ਦੀ ਜਾਂਚ ਕਰੇਗੀ ਅਤੇ ਜੋ ਵੀ ਤੱਥ ਨਿਕਲ ਕੇ ਸਾਹਮਣੇ ਆਉਣਗੇ ਉਸ ਮੁਤਾਬਿਕ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਹੁਣ ਆਲੇ ਦੁਆਲੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰੇਗੀ ਅਤੇ ਜਲਦ ਹੀ ਇਹਨਾਂ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕਰੇਗੀ। ਕੀ ਕੁਛ ਕਹਿਣਾ ਇਸ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਅਧਿਕਾਰੀ ਦਾ, ਉਹ ਸੁਣਦੇ ਹਾਂ। ਉਸੇ ਵੇਲੇ ਆ ਗਏ। ਕੀ ਨਾਮ ਹੈਗਾ? ਕਿੰਨਾ ਦੀ ਡੈਥ ਹੋਈ ਹੈ ਜੀ? ਰਣਜੀਤ ਕੋ ਰਣਜੀਤ। ਅੱਛਾ, ਤੁਹਾਨੂੰ ਕਿੰਨੇ ਵਜੇ ਦੇ ਕਰੀਬ ਪਤਾ ਲੱਗਦਾ ਹੈਗਾ? ਘਰ ਚ ਕੌਣ ਕੌਣ ਹੈਗੇ? ਮੇਰੇ ਮਾਮੀ ਜੀ ਤੋਂ, ਮੇਰੇ ਭੈਣ ਪ੍ਰੀਤ ਜੀ, ਮਾਮਾ ਜੀ ਬਸ। ਹੋਰ ਵੀ ਦੰਦੇ ਘਰ ਚ? ਪਤਾ ਲੱਗਿਆ ਕੋਈ? ਪਤਾ ਲੱਗਿਆ ਕੋਈ ਕੌਣ? ਦੱਸਣਾ ਜੀ ਸਰ, ਕੀ ਅੱਜ ਇੰਸੀਡੈਂਟ ਹੋਇਆ ਹੈ? ਤੁਸੀਂ ਜਗਤਾਰ ਸਿੰਘ ਰਹਿੰਦੇ ਇੱਥੇ ਭੋਜੋਵਾਲ ਪਿੰਡ ਅਮਨ ਇੰਗਲੈਂਡ ਜੀ।
ਇਹਨਾਂ ਦੀ ਇੱਕ ਬੇਟੀ ਰਹਿੰਦੀ ਸੀ ਨਾਲ ਇਹਨਾਂ ਦੇ ਜਿਹੜੀ ਮੈਰਿਡ ਸੀ ਜੀ, ਅਤੇ ਇਹਨਾਂ ਦੀ ਬੇਟੀ ਦਾ ਹਸਬੈਂਡ ਆ ਉਹ ਅਮਰੀਕਾ ਰਹਿੰਦਾ ਆ ਜੀ, ਇਹਨਾਂ ਦੀ ਬੇਟੀ ਦੇ ਨਾਲ ਅਣਬਣ ਸੀ ਚੱਲਦੀ, ਸ਼ੱਕ ਵਗੈਰਾ ਕਰਦਾ ਸੀ ਉਹਦੇ 'ਤੇ ਜੀ, ਉਹਨੇ ਬਾਹਰੋਂ ਕਿਸੇ ਨੂੰ ਭੇਜ ਕੇ ਜੀ ਅਤੇ ਇਹਨਾਂ 'ਤੇ ਗੋਲੀਆਂ ਮਰਵਾਤੀਆਂ ਜੀ, ਜਿਹੜਾ ਮੁੰਡਾ ਅਮਰੀਕਾ ਰਹਿੰਦਾ ਉਹਦਾ ਨਾਂ ਜਸਪ੍ਰੀਤ ਜੱਸਾ ਜੀ, ਮੋਣੋ ਵਾਲੀ ਪਿੰਡ ਇਹਨਾਂ ਦਾ ਜੀ, ਅਤੇ ਇਹਨੇ ਕੋਈ ਬੰਦਾ ਹਾਇਰ ਕੀਤਾ ਜੱਸਾ ਜਿਹੜਾ ਹੈਪੋਵਾਲ ਪਿੰਡ ਦਾ ਬੰਗਿਆ ਥਾਣੇ ਦਾ ਰਹਿਣ ਵਾਲਾ ਜੀ, ਉਹਨੂੰ ਹਾਇਰ ਕਰਕੇ ਇਹਨਾਂ ਨੇ ਗੋਲੀਆਂ ਮਰਵਾਤੀਆਂ ਜੀ, ਕੁੜੀ ਦੀ ਮੌਕੇ 'ਤੇ ਡੈਥ ਹੋ ਗਈ ਅਤੇ ਉਹਦੀ ਮਦਰ 'ਤੇ ਵੀ ਗੋਲੀਆਂ ਵੱਜੀਆਂ ਜੀ, ਉਸ ਤੋਂ ਬਾਅਦ ਉਹਨੂੰ ਅੱਗ ਲਾ ਕੇ ਤਾਂ ਚਲੇ ਗਏ। ਅੱਛਾ ਸਰ, ਕਦੋਂ ਦੀ ਵਾਰਦਾਤ ਹੋਈ ਔਰ ਕਿਸ ਵੇਲੇ ਇਹ ਜਿਹੜੇ ਜਸਪ੍ਰੀਤ ਨੇ ਇਹਦਾ ਕੋਈ ਹਵਾਲਾ ਜਿਹੜਾ ਦਿੱਤਾ, ਉਹ ਜਿਹੜੀ ਪੈਸਾ ਵਗੈਰਾ ਜਿਹੜੀ ਰੇਸ਼ੋ ਆਈ ਹੈ ਬਾਹਰੋਂ ਆਈ ਹੈ ਸਰ? ਅਤੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਇਹਦੇ ਬਾਰੇ ਕਿੱਥੋਂ ਆਇਆ, ਕੀ ਆਇਆ, ਸਵੇਰੇ ਸਵਾ ਕੁ 10 ਵਜੇ ਦੀ ਗੱਲ ਹੈ। ਤੁਸੀਂ ਸਰ ਇਹਦੇ ਬਾਰੇ ਸੋਰੀ ਕਿੰਨੇ ਬੰਦੇ ਵਿੱਚ? ਦੋ ਬੰਦੇ ਆਏ ਸੀਗੇ, ਦੋਨਾਂ ਨੇ ਆ ਕੇ ਮੋਟਰਸਾਈਕਲ 'ਤੇ ਆਏ ਤਾਂ ਆ ਕੇ ਗੋਲੀਆਂ ਮਾਰ ਕੇ ਚਲੇ ਗਏ। ਅਤੇ ਸਰ ਇਸ ਦੇ ਬਾਰੇ ਤੁਸੀਂ ਹੋਰ ਕਹਿਣਾ ਚਾਹੋਗੇ ਇਸ ਇੰਸੀਡੈਂਟ ਬਾਰੇ? ਬਸ ਇਨਵੈਸਟੀਗੇਸ਼ਨ ਕਰ ਰਹੇ ਹਾਂ, ਜਿਹੜਾ ਵੀ ਬੰਦਾ ਵਿੱਚ ਇਹਨਾਂ ਦਾ ਕੋਈ ਰਿਸ਼ਤੇਦਾਰ ਸਾਹਮਣੇ ਆਉਂਦਾ ਕੋਈ ਵੀ, ਅਸੀਂ ਉਹਨਾਂ ਦੇ ਖਿਲਾਫ਼ ਕਾਰਵਾਈ ਕਰਕੇ ਅਰੈਸਟ ਕਰਕੇ ਜੇਲ੍ਹ ਭੇਜਾਂਗੇ।